ਇੱਕ ਦੋ ਨਿਸ਼ਾਨ ਦੇ ਦਿਓ ਤੋ ਅਸੀਂ ਉਹਨਾਂ ਨੂੰ ਚੁਕਾ ਦੇ 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 ਦਿਓ ਦੂਜੀ ਗੱਲ ਇਹ ਕਹਿੰਦੀ ਆ ਜੇ ਹੁਣ ਉਹ ਨਸ਼ਾ ਖਾਂਦਾ ਉਹਨੂੰ ਕੁਛ ਚਾਹੀਦਾ ਖਾਣ ਨੂੰ ਨਸ਼ਾ ਛਕਣ ਵਾਸਤੇ ਉਹਨੂੰ ਕੀਮ ਨਹੀਂ ਮਿਲਦੀ ਕਿ ਨਹੀਂ ਮਿਲਦੀ ਉਹ ਹੁਣ ਮੈਂ ਕਿੱਥੋਂ ਲਿਆ ਦੇ ਉਹ ਤੁਸੀਂ ਬਜਾਓ ਮੈਂ ਕਿ ਉਹ ਤਾਂ ਨਸ਼ਾ ਬੰਦ ਕਰ ਦੇ ਤੇ ਉਹ ਲਿਆ ਕੇ ਫਿਰ ਸਾਡੇ ਘਰ ਤੱਕ ਬਜਾਓ ਫਿਰ ਉਹ ਛੱਡੂਗਾ ਨਹੀਂ ਨਹੀਂ ਬੀਜੀ ਦੀ ਬੀਬੀ ਹੈ ਫਿਰ ਉਹ ਹੀ ਉੱਧਰ ਲੱਗ 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 ਜਾਂਦੇ ਚੀ ਚੀ ਚੀਨਾ ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਹੱਥ ਨਹੀਂ ਮਾਰਦੀ ਗੱਲ ਸੁਣ ਲੈਣ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡੱਕ ਕੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹਨੂੰ ਕਿੱਥੋਂ ਕਰਵਾਵਾਂ ਮੈਂ ਕੰਮ ਕੰਮ ਚੱਕਾ ਕੇ ਜਾਣ ਚੱਕੀ ਦੱਸੋ ਵੀ ਤੁਸੀਂ ਇਸ ਗੱਲ ਨੂੰ ਕਿਹੜੇ ਵੇਚਦੇ ਆ ਜਿਹਨਾਂ ਨੂੰ ਪੈਸੇ ਚਾਹੀਦੇ ਨਹੀਂ ਕੋਈ ਇੱਕ ਦੋ ਨਿਸ਼ਾਨ ਦੇ ਦਿਓ ਤੋ ਅਸੀਂ ਉਹਨਾਂ ਨੂੰ ਚੁਕਾ ਮੈਂ ਦੇ ਦੂੰ ਦੇ ਦਿਓ ਦੂਜੀ ਗੱਲ ਇਹ ਕਹਿੰਦੀ ਆ ਜੇ ਹੁਣ ਉਹ ਨਸ਼ਾ ਖਾਂਦਾ ਉਹਨੂੰ ਕੁਛ ਚਾਹੀਦਾ ਖਾਣ ਨੂੰ ਨਸ਼ਾ ਛਕਣ ਵਾਸਤੇ ਉਹਨੂੰ ਕੀਮ ਨਹੀਂ ਮਿਲਦੀ ਕਿ ਨਹੀਂ ਮਿਲਦੀ ਉਹ ਹੁਣ ਮੈਂ ਕਿੱਥੋਂ ਲਿਆ ਦੇ ਉਹ ਤੁਸੀਂ ਬਜਾਓ ਮੈਂ ਕਿ ਉਹ ਤਾਂ ਨਸ਼ਾ ਬੰਦ ਕਰ ਦੇ ਤੇ ਉਹ ਲਿਆ ਕੇ ਸਾਡੇ ਘਰ ਤੱਕ ਬਜਾਓ ਫਿਰ ਉਹ ਛੱਡੂਗਾ ਨਹੀਂ ਨਹੀਂ ਬੀਜੀ ਦੀ ਬੀਬੀ ਹੈ ਫਿਰ ਉਹ ਹੀ ਉੱਧਰ ਲੱਗ 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 ਜਾਂਦੇ ਚੀ ਚੀ ਚੀਨਾ ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਹੱਥ ਨਹੀਂ ਮਾਰਦੀ ਗੱਲ ਸੁਣ ਲੈਣ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡੱਕ ਕੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹਨੂੰ ਕਿੱਥੋਂ ਕਰਵਾਵਾਂ ਮੈਂ ਕੰਮ ਕੰਮ ਚੱਕਾ ਕੇ ਜਾਣ ਚੱਕੀ ਦੱਸੋ ਵੀ ਤੁਸੀਂ ਇਸ ਗੱਲ ਨੂੰ ਕਿਹੜੇ ਵੇਚਦੇ ਆ ਜਿਹਨਾਂ ਨੂੰ ਪੈਸੇ ਚਾਹੀਦੇ ਨਹੀਂ ਕੋਈ ਇੱਕ ਦੋ ਨਿਸ਼ਾਨ ਦੇ ਦਿਓ ਤੋ ਅਸੀਂ ਉਹਨਾਂ ਨੂੰ ਚੁਕਾ ਮੈਂ ਦੇ ਦੂੰ ਦੇ ਦਿਓ ਦੂਜੀ ਗੱਲ ਇਹ ਕਹਿੰਦੀ ਆ ਜੇ ਹੁਣ ਉਹ ਨਸ਼ਾ ਖਾਂਦਾ ਉਹਨੂੰ ਕੁਛ ਚਾਹੀਦਾ ਖਾਣ ਨੂੰ ਨਸ਼ਾ ਛਕਣ ਵਾਸਤੇ ਉਹਨੂੰ ਕੀਮ ਨਹੀਂ ਮਿਲਦੀ ਕਿ ਨਹੀਂ ਮਿਲਦੀ ਉਹ ਹੁਣ ਮੈਂ ਕਿੱਥੋਂ ਲਿਆ ਦੇ ਉਹ ਤੁਸੀਂ ਬਜਾਓ ਮੈਂ ਕਿ ਉਹ ਤਾਂ ਨਸ਼ਾ ਬੰਦ ਕਰ ਦੇ ਤੇ ਉਹ ਲਿਆ ਕੇ ਫਿਰ ਸਾਡੇ ਘਰ ਤੱਕ ਬਜਾਓ ਫਿਰ ਉਹ ਛੱਡੂਗਾ ਨਹੀਂ ਨਹੀਂ ਬੀਜੀ ਦੀ ਬੀਬੀ ਹੈ ਫਿਰ ਉਹ ਹੀ ਉੱਧਰ ਲੱਗ 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 ਜਾਂਦੇ ਚੀ ਚੀ ਚੀਨਾ ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਹੱਥ ਨਹੀਂ ਮਾਰਦੀ ਗੱਲ ਸੁਣ ਲੈਣ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡੱਕ ਕੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹਨੂੰ ਕਿੱਥੋਂ ਕਰਵਾਵਾਂ ਮੈਂ ਕੰਮ ਕੰਮ ਚੱਕਾ ਕੇ ਜਾਣ ਚੱਕੀ ਦੱਸੋ ਵੀ ਤੁਸੀਂ ਇਸ ਗੱਲ ਨੂੰ ਕਿਹੜੇ ਵੇਚਦੇ ਆ ਜਿਹਨਾਂ ਨੂੰ ਪੈਸੇ ਚਾਹੀਦੇ ਨਹੀਂ ਕੋਈ ਇੱਕ ਦੋ ਨਿਸ਼ਾਨ ਦੇ ਦਿਓ ਤੋ ਅਸੀਂ ਉਹਨਾਂ ਨੂੰ ਚੁਕਾ ਮੈਂ ਦੇ ਦੂੰ ਦੇ ਦਿਓ ਦੂਜੀ ਗੱਲ ਇਹ ਕਹਿੰਦੀ ਆ ਜੇ ਹੁਣ ਉਹ ਨਸ਼ਾ ਖਾਂਦਾ ਉਹਨੂੰ ਕੁਛ ਚਾਹੀਦਾ ਖਾਣ ਨੂੰ ਨਸ਼ਾ ਛਕਣ ਵਾਸਤੇ ਉਹਨੂੰ ਕੀਮ ਨਹੀਂ ਮਿਲਦੀ ਕਿ ਨਹੀਂ ਮਿਲਦੀ ਉਹ ਹੁਣ ਮੈਂ ਕਿੱਥੋਂ ਲਿਆ ਦੇ ਉਹ ਤੁਸੀਂ ਬਜਾਓ ਮੈਂ ਕਿ ਉਹ ਤਾਂ ਨਸ਼ਾ ਬੰਦ ਕਰ ਦੇ ਤੇ ਉਹ ਲਿਆ ਕੇ ਫਿਰ ਸਾਡੇ ਘਰ ਤੱਕ ਬਜਾਓ ਫਿਰ ਉਹ ਛੱਡੂਗਾ ਨਹੀਂ ਨਹੀਂ ਬੀਜੀ ਦੀ ਬੀਬੀ ਹੈ ਫਿਰ ਉਹ ਹੀ ਉੱਧਰ ਲੱਗ 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 ਜਾਂਦੇ ਚੀ ਚੀ ਚੀਨਾ ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਹੱਥ ਨਹੀਂ ਮਾਰਦੀ ਗੱਲ ਸੁਣ ਲੈਣ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡੱਕ ਕੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਓ ਉਹਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹਨੂੰ ਕਿੱਥੋਂ ਕਰਵਾਵਾਂ ਮੈਂ ਕੰਮ ਕੰਮ ਚੱਕਾ ਕੇ ਜਾਣ ਚੱਕੀ ਦੱਸੋ ਵੀ ਤੁਸੀਂ ਇਸ ਗੱਲ ਨੂੰ